सुनना हूं मुकदमा नंबर 164 बटा 22 आ सबूत है मैं भी थोनों दे दिना जी थोड़ा जा मोटा कर दिना लो जे मैं बोलदा ना किसी जुरत ते बोलदा मैं किसी नाल ऐसी लिहाज नहीं की उस दे विच पहला चलाण 81 बंदियां दा चलाण है ये उपरले 4 मुलाजम है चारे डिसमिस भी कराए तो चारे सजा भी कराई आ सबूत है जी उस तो बाद मुकदमा नंबर 74/22 थाना शहणा वो ये भी दर्ज है तो देश भगत भी दर्ज है दोनों ते ही नखिस्दाने ये चमचे होंगे है ना पहले दीप सिद्धू का चमचा सी कोली जट कह दिंदे सी लोगों फिर सिद्धू मूसेवाले का हो गया तो आ जिहड़ी टीम है आ गुंडे देश भगत वाली ये दीप सिद्धू नूं ते मूसेवाले नूं गाला कढ़दे सी पहला उन्हें एक गाना भी इन्हां ते लिखिया 295 ते मैं तां कहिंदा बलकौर सिंह तैनूं फिर भी कोई नहीं याद आई वी तेरे बेटे दा जलूस कढ़दे रहे ते मरन तों बाद झूठा कहिंदियां उह साडे सी संत पिंडरैला दा मुंडा भी बाहर भाई अमरीक सिंह दा मुंडा भी बाहर बसन सिंह जफरवाल दे भी बाहर आ जिहड़े होर पहला जरनैल सी वड्डे वड्डे पुट आउट बन के ते उह बाहर बैठे आ कुछ पिंकी ने भी नशर कीते आ मैं भी कर दूंगा अगले आने वाले दिनों मेरे प्यारे वीरो मेरे वालों सतपाल सिंह सबका पुलिस अफसर वालों सारे नूं प्यार भरी सत श्री अकाल उम्मीद करता कि तुसी भी चढ़दी कला विच होवोगे वीरो मैं तां उह वीडियो पा के जो भाणे सिद्धू वाली वीडियो तुसी सुनी जो इन्होंने चैलेंज किया सी वह भी कबूल किया भी आ जाओ किसी भी चैनल पर जदों तुहाडा दिल करदा है आ सकदे एक गली दा गुंडा वह मैनू चैलेंज करदा कहिंदा भी नौकरियां करके कहिंदा बड़ी देश भगती जागती है यार असीं तां वर्दी पाई आ इह तां हाँ ही देश भगत ਅਸੀਂ ਤੇ ਇੱਥੋਂ ਸਰਟੀਫਿਕੇਟ ਥੋੜ੍ਹੀ ਲੈਣਾ ਹਾਂ ਤੂੰ ਲੋਕਾਂ ਦੇ ਪੁੱਤ ਮਰਵਾਏ ਆ ਅਤੇ ਮਾਰੇ ਆ ਮੇਰਾ ਇੱਕ ਵੀ ਲਿਆ ਦੇ ਕਿਸੇ ਦਾ ਮੈਂ ਪੁੱਤ ਮਾਰਿਆ ਹੋਵੇ ਕਿਸੇ ਦੇ ਥੋੜ੍ਹੇ ਤੱਤੇ ਸਰੀਏ ਲਾਏ ਲੋਕਾਂ ਦੇ ਮੋਟਰਾਂ ਤੋਂ ਚੱਕ ਚੱਕ ਮਾਰੇ ਇੱਕ ਵੀ ਲਿਆ ਸਵਾਦ ਦਾ ਤਾਂ ਇੱਕ ਵੀ ਲੈ ਕੇ ਆ ਨਹੀਂ ਮੈਂ ਤੇਰੀਆਂ ਹੁਣ ਕਰਤੂਤਾਂ ਦੱਸ ਦੂੰ ਤਾਂ ਮੰਡੀਆਂ ਵਾਲੇ ਕੇਸ ਕੂਸ ਸਭ ਖੁੱਲ੍ਹ ਜਾਣਗੇ ਹੁਣ ਕੋਈ ਬੇਫਿਕਰ ਹੈ ਤੂੰ ਚਿੰਤਾ ਨਾ ਕਰ ਹੁਣ ਵੀਰੋ ਆਪਾਂ ਆਉਣੇ ਹੈ ਭਾਣੇ ਸਿੱਧੂ ਵਾਲੇ ਕੇਸ 'ਤੇ ਉਹਦੇ 'ਚ ਜੋ ਇਹਨਾਂ ਨੇ ਮੇਰਾ ਖਿਆਲ ਹੈ ਵੀ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਉਹ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਪੰਜਾਬ ਤਾਂ ਬਚਿਆ ਹੀ ਭਾਣੇ ਸਿੱਧੂ ਦੇ ਸਿਰ 'ਤੇ ਸੀ ਵੀ ਜੇ ਕਿਤੇ ਸ਼ਾਇਦ ਉਹ ਨਾ ਹੁੰਦਾ ਤੇ ਸ਼ਾਇਦ ਪੰਜਾਬ ਤਾਂ ਹੁਣ ਜੇ ਹੁਣ ਅੰਦਰ ਚਲਿਆ ਗਿਆ ਤੇ ਪੰਜਾਬ ਤਾਂ ਰੋੜੀ ਜਾਊਗਾ ਤੇ ਉਸ ਤੋਂ ਵੀਰੋ ਅਗਲੀ ਗੱਲ ਮੈਂ ਕਿਹੜਾ ਕਿਸੇ ਗੱਲੋਂ ਮੁੱਕਰਿਆ ਜਿਹੜੀਆਂ ਗੱਲਾਂ ਮੈਂ ਉਦਣ ਕਹੀਆਂ ਮੈਂ ਉਹਨਾਂ ਦੇ ਅੱਜ ਵੀ ਕਹਿ ਮੈਂ ਉਹਦੇ 'ਚ ਕਿਸੇ ਸਰਕਾਰ ਦਾ ਕਿਸੇ ਹੋਰ ਦਾ ਕੋਈ ਲੈਣਾ ਦੇਣਾ ਨਹੀਂ ਉਹ ਜੋ ਕੁਛ ਕਰਾਇਆ ਮੈਂ ਕਰਾਇਆ ਤੇ ਇੱਕ ਵੀ ਬੰਦਾ ਦੱਸ ਦਿਓ ਉਹਨੇ ਜੀ ਉਹਨੇ ਏਜੰਟਾਂ ਤੋਂ ਪੈਸੇ ਮੜਾਏ ਉਹ ਤੋਂ ਮੜਾਏ ਮੈਂ ਤਾਂ ਕਿਸੇ ਦੀ ਵੀਡੀਓ ਸੁਣੀ ਨਹੀਂ ਜਿਹਦੇ 'ਚ ਕਿਸੇ ਨੇ ਕਿਹਾ ਹੋਵੇ ਆ ਕੇ ਵੀ ਸਾਡੇ ਤਾਂ ਭਾਈ ਇਹਨੇ ਪੈਸੇ ਮੜਾਏ ਆ ਇਹ ਕਿਹੜੇ ਸਮਾਜ ਸੇਵੀ ਆ ਮੈਂ ਇਹਨਾਂ ਤੋਂ ਸਰਟੀਫਿਕੇਟ ਨਹੀਂ ਲੈਣਾ ਮੈਂ ਇੱਕੋ ਇੱਕ ਆਪਦੀ ਪੁਲਿਸ ਦੇ ਵਿੱਚ ਇੱਕ ਬੰਦਾ ਹੈ ਤਾਂ ਤੁਹਾਨੂੰ ਮੈਂ ਸਬੂਤ ਦੇਊਂਗਾ ਮੈਨੂੰ ਮਾਣਯੋਗ ਅਦਾਲਤ ਵੱਲੋਂ ਸਮਾਜ ਸੇਵੀ ਲਿਖਿਆ ਆਉਂਦਾ ਆਹ ਦੇਖ ਸਮਾਜ ਸੇਵੀ 2008 ਦਾ ਮੁਕੱਦਮਾ ਏਐਸ ਲਈ ਸਤਪਾਲ ਸਿੰਘ ਥੋੜ੍ਹਾ ਜਿਹਾ ਮੋਟਾ ਕਰ ਦਿੰਦਾ ਹੈਲੋ
ਜੇ ਮੈਂ ਬੋਲਦਾ ਨਾ ਕਿਸੇ ਜੁਰਤ ਤੇ ਬੋਲਦਾ ਹੁਣ ਤੈਨੂੰ ਮੈਂ ਦੱਸ ਦਿੰਦਾ ਤੱਤੇ ਸਰੀਏ ਲਾਉਣ ਵਾਲਿਆਂ ਚੋਂ ਮੈਂ ਬਚਾਏ ਆ ਇਨਕਾਊਂਟਰਾਂ ਤੋਂ ਲੋਕਾਂ ਦੇ ਪੁੱਤ ਚਮਕੌਰ ਸਿੰਘ ਪਿੰਡ ਲੰਡੇ ਇੱਕ ਖਾੜਕੂ ਦੇ ਉਹਨਾਂ ਦੇ ਘਰੇ ਨਾਨਕੇ ਸੀ ਇਨਕਾਊਂਟਰ ਕਰਨ ਵਾਸਤੇ ਤਿਆਰ ਸੀ ਬਚਾਇਆ ਜਾ ਕੇ ਪੁੱਛ ਸਕਦੇ ਹੋ ਸਰਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਦੋਂ ਮਰਜ਼ੀ ਜਾ ਕੇ ਉੱਥੋਂ ਪੁੱਛ ਸਕਦੇ ਹੋ ਮੋਗੇ ਦਾ ਪਾਸਪੋਰਟ ਸਕੈਂਡਲ 2008 ਦੇ ਵਿੱਚ ਜਿਹਦੇ 'ਚ ਮੈਨੂੰ ਸਮਾਜ ਸੇਵੀ ਲਿਖਦੀਆਂ ਅਦਾਲਤਾਂ ਮੈਂ ਕਿਸੇ ਨਾਲ ਅਸੀਂ ਲਿਹਾਜ਼ ਨਹੀਂ ਕੀਤੀ ਉਸ ਦੇ ਵਿੱਚ ਪਹਿਲਾ ਚਲਾਣ 81 ਬੰਦਿਆਂ ਦਾ ਚਲਾਣ ਹੈ ਇਹਦੇ ਉੱਪਰਲੇ 4 ਮੁਲਾਜ਼ਮ ਹੈ ਚਾਰੇ ਡਿਸਮਿਸ ਵੀ ਕਰਾਏ ਅਤੇ ਚਾਰੇ ਸਜ਼ਾ ਵੀ ਕਰਾਈ ਆ ਸਬੂਤ ਹੈ ਜੀ ਮੈਂ ਇਧਰਲੀਆਂ ਉਧਰਲੀਆਂ ਗੱਲਾਂ ਨਹੀਂ ਮਾਰਦਾ ਮੈਂ ਜੋ ਦਿੰਦਾ ਸਬੂਤਾਂ ਨਾਲ ਦੇਊਂਗਾ ਜਿਹੜੀ ਚੀਜ਼ ਦੇਊਂਗਾ 2012 ਦੇ ਵਿੱਚ ਅਸੀਂ ਡਰੱਗ ਪੈਡਲਾਂ ਦੇ ਖਿਲਾਫ ਕਾਰਵਾਈ ਕੀਤੀ ਮੇਰੇ ਘਰ 'ਤੇ ਫਾਇਰਿੰਗ ਹੋਈ ਮੇਰੇ ਬੱਚਿਆਂ ਤੱਕ ਮਾਰ ਦੇਣੇ ਸੀ ਉਹ ਤਾਂ ਕੁਦਰਤੀ ਪਹਿਲਾਂ ਮੇਰਾ ਨੱਕ ਸੁਬਾਹ ਦਾ ਨਾਕਾ ਸੀ ਉਹਨਾਂ ਨੇ ਮੈਨੂੰ ਉੱਥੇ ਸਮਝ ਕੇ ਗੱਡੀ ਚੜ੍ਹਾਈ ਬਾਅਦ ਦੇ ਵਿੱਚ ਉਹਨਾਂ ਨੂੰ ਪਤਾ ਲੱਗਿਆ ਵੀ ਉਹ ਇੱਥੇ ਹੈ ਨਹੀਂ ਅਤੇ ਮੇਰੇ ਘਰ 'ਤੇ ਆ ਸਬੂਤ ਹੈ ਕਿ ਥਾਣੇ ਸਦਰ ਜੀਰੇ ਦੀ FIR ਦਰਜ ਆ ਤੁਹਾਨੂੰ ਮੈਂ ਟੇਢਾ ਕਰਕੇ ਦਿਖਾ ਦਿੰਦਾ ਹੈਲੋ ਆਪ ਜਿੱਥੇ ਲਾਈਨ ਕੀਤੀ ਹੈ ਉਹ ਮੇਰੇ 'ਤੇ ਜਦੋਂ ਉਹਨਾਂ ਨੇ ਸਿੱਧੀ ਡਾਇਰੈਕਟ ਗੋਲੀ ਚਲਾਈ 2012 ਦਾ ਇਹ ਥਾਣੇ ਜੀਰੇ ਦਾ ਮੁਕੱਦਮਾ ਇਹ ਮੁਕੱਦਮਾ ਨੰਬਰ ਹੈਗਾ 152 ਮਿਤੀ 12/8/12 ਅੰਡਰ ਸੈਕਸ਼ਨ 307 25/27/53/59 ਇਹਦੇ 'ਚ ਕਰੋਸ ਕਾਰਵਾਈ ਦੇ ਵਿੱਚ ਦੋ ਰਾਹਗੀਰ ਇੱਕ ਰਾਹਗੀਰ ਤਾਂ ਵਿਚਾਰਾ ਡੈਮੇਜ ਹੋ ਗਿਆ ਅਤੇ ਦੂਸਰਾ ਫੱਟੜ ਹੋ ਗਿਆ ਸੀ ਉਹਨਾਂ ਦਾ ਖਰਚਾ ਵੀ ਇਲਾਜ ਦਾ ਮੈਂ ਚੱਕਿਆ ਮੈਂ ਆਪਣੇ ਕੋਲੋਂ ਕਰਵਾਇਆ ਜਿਉਂਦੇ ਜਾਗਦੇ ਬੰਦੇ ਬੈਠੇ ਆ ਜੀ ਪੁੱਛ ਸਕਦੇ ਹੋ ਤੁਸੀਂ ਇਸ ਮੁਕੱਦਮੇ 'ਚ ਉਹਨਾਂ ਦਾ ਨਾਂ ਐਡਰੈਸ ਹੈਗਾ ਹੁਣ ਵੀਰੇ ਆ ਜਾਓ ਇਹਨਾਂ ਵਾਲੀ ਗੱਲ 'ਤੇ ਆਈਏ ਭਾਣੇ ਸਿੱਧੂ 'ਤੇ ਪਰਚਾ ਅਸੀਂ ਕਰਾਇਆ ਅਸੀਂ ਨਹੀਂ ਮੁੱਕਰਦੇ ਉਹਨੇ ਸਾਨੂੰ ਗੰਦ ਵੱਢਿਆ ਉਹਨੇ ਕੋਈ ਕੰਮ ਚੰਗਾ ਕੀਤਾ ਉਹ ਅਸੀਂ ਪਹਿਲਾਂ ਵੀ ਕਹਿੰਦੇ ਅਸੀਂ ਐਪਰੀਸ਼ੀਏਟ ਕਰਦੇ ਹਾਂ ਪਰ ਅਸੀਂ ਗਾਲਾਂ ਨਹੀਂ ਲੈਣੀਆਂ ਨਾ ਕੋਈ ਅਣਖੀ ਬੰਦਾ ਗਾਲ ਲੈਂਦਾ ਹੁੰਦਾ ਠੀਕ ਹੈ ਜੀ ਇਸ ਬੰਦਾ ਜਿਹੜਾ ਆ ਮੈਂ ਜੀ ਤੋਂ ਜਿਹੜਾ ਸਾਨੂੰ ਆ ਗੁੰਡਾ ਦੇਸ਼ ਭਗਤੀ ਦੀਆਂ ਗੱਲਾਂ ਸਿਖਾਉਂਦਾ ਜਿਹੜਾ ਦੇਸ਼ ਭਗਤ ਬਣਿਆ ਹਰੇਕ ਮੁੱਦਾ ਸਿਰ 'ਤੇ ਚੱਕੀ ਫਿਰਦਾ ਪੰਜਾਬ ਦਾ ਇਹ 5-7 ਬੰਦੇ ਹੀ ਉੱਠੇ ਹੋਰ ਤਾਂ ਕੋਈ ਹੈ ਨਹੀਂ ਆ ਸੁਣ ਲਾ ਹੁਣ ਮੁਕੱਦਮਾ ਨੰਬਰ 164/22 ਆ ਸਬੂਤ ਆ ਮੈਂ ਵੀ ਤੁਹਾਨੂੰ ਦੇ ਦਿੰਦਾ ਜੀ ਮੈਂ ਕਿਹਾ ਵੀ ਮੈਂ ਸਬੂਤ ਨਾਲ ਗੱਲ ਕਰੂੰਗਾ ਦੂਜੀ ਗੱਲ ਨਾ ਮੈਂ ਇਧਰਲੀ ਉਧਰਲੀ ਕਰਾਂ ਅਤੇ ਨਾ ਮੈਨੂੰ ਇਹੋ ਜਿਹੀਆਂ ਆਦਤਾਂ ਵੀ ਐਵੇਂ ਮੈਕ ਫੜ ਕੇ ਜੋ ਮੂੰਹ 'ਚ ਆਇਆ ਬਕਵਾਸ ਕਰੀ ਚੱਲੋ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਆਹ 2022 ਦਾ ਇਹਦੀ ਕਰਤੂਤ ਭਾਣੇ ਦੀ ਤੁਹਾਨੂੰ ਮੈਂ ਦੱਸੂੰਗਾ ਇਹਦੇ 'ਚ ਕੀ ਹੈ ਆਹ ਜਿਹੜੇ ਗੁੰਡੇ ਦੇਸ਼ ਭਗਤ ਬਣੇ ਆ ਇਹਨਾਂ ਦਾ ਇਹਦੇ ਪਿੱਛੇ ਸਪੋਰਟ ਤੁਹਾਨੂੰ ਉਹ ਦੱਸੂੰਗਾ ਕੀ ਹੈ ਆਹ ਲਓ ਜੀ ਮੁਕੱਦਮਾ ਨੰਬਰ 166 ਅੰਡਰ ਸੈਕਸ਼ਨ 23/11/22 ਅੰਡਰ ਸੈਕਸ਼ਨ 447 427 506 IPC PS ਸਦਰ ਪਟਿਆਲਾ ਆਹ ਲਓ ਜੀ ਦੁਬਾਰਾ ਫਿਰ ਦਿਖਾ ਦਿੰਦਾ ਥੋੜ੍ਹਾ ਜਿਹਾ ਮੋਟਾ ਕਰਕੇ ਤੁਹਾਨੂੰ ਆਹ ਲਓ ਆਹ ਹੁਣ ਅਗਲੇ ਪਾਸੇ ਇਹਨਾਂ ਦੇ ਨਾਮ ਨਾਮ ਜਿੱਦਾਂ ਉਹਦੇ 'ਚ ਇਹ ਆਹ ਲਓ ਇਕਪਾਲ ਕੌਰ ਹੈ ਆ ਕਾਕਾ ਸਿੰਘ ਉਰਫ ਭਾਣਾ ਸਿੱਧੂ ਸਾਨੋ ਬਿੱਕਰ ਸਿੰਘ ਆਹ ਲਓ ਜੀ ਆ ਚੰਗੀ ਤਰ੍ਹਾਂ ਦੇਖ ਲਓ ਹੁਣ ਇਹ ਵੀ ਮੈਂ ਕਰਾਇਆ ਹੁਣ ਇੱਕ 302 ਦਾ ਮੁਕੱਦਮਾ ਉਹ ਵੀ ਉੱਥੇ ਕੋਈ ਡੇਰੇ ਦੀ ਜ਼ਮੀਨ ਹੈ ਜਿਹਦੇ 'ਚ ਇਹਦੀ ਭੈਣ ਬੈਠੇ ਚਲੋ ਇਹਨਾਂ ਦਾ ਮੈਟਰ ਹੈ ਸਰਕਾਰ ਜਾਣੇ ਉਹ ਡੇਰੇ ਵਾਲੇ ਜਾਣਨ ਆਪਣੀ ਜਿਸ ਘਰੇ ਲੜਕੀ ਵਿਆਹੀ ਹੋਵੇ ਆਪਾਂ ਪੰਜਾਬੀ ਲੋਕ ਹਾਂ ਸਿੱਖ ਸਰਦਾਰ ਲੋਕ ਹਾਂ ਆਪਾਂ ਜਿੰਨਾ ਮਾਣ ਆਪਣੀ ਭੈਣ ਦਾ ਆਪਣੀ ਧੀ ਦਾ ਕਰਦੇ ਹਾਂ ਓਨਾ ਹੀ ਉਹਦੀ ਦਰਾਣੀ ਜਾਂ ਜਠਾਣੀ ਉਹਦਾ ਕਰਦੇ ਹਾਂ
जे असी अपनी भैन ते धी नूं कोई 500 रुपया 500 शगन दे के आउणे आ उन्ना ही असी उन्हां नूं भी दे के आउणे आ। कोई गिफ्ट अपनी भैन जां धी वास्ते लैके जाने आ ते बराबर उन्हां वास्ते लैके जाने आ। ओह इहदी भैन दी जठाणी है, ओह कुड़ियां तुसीं वेखियां वीडियो ते उहदे पिछे आ गुंडागर्दी पार्टी, इह जिहड़े लोक इहनां तों डर जांदे आ लोक। मैं कहिंदा तुहानूं कोई टकरिया नहीं सी, मैं तुहानूं इही गल कही वी हुण तक लोक अगले चुप कर जांदे सी। तीजा आ जाओ जी, जिहड़ा जिहड़ा उठाणेदार नाल इहने रौला पाया। मैं तुहानूं उदन वी कहा वी साडे ओह बरनाले जिले दा, असी फरीदकोट मोगे ते फिरोजपुर नौकरी कीती आ। ਉਹ 2019 ਦੇ ਵਿੱਚ ਇਹਦੇ ਤੇ ਇੱਕ ਪੋਸਟ ਦਾ ਪਰਚਾ ਸੀਗਾ ਥਾਣਾ ਰੂੜੇ ਕੇ ਕਿਲਾ। ਉਸ ਥਾਣੇਦਾਰ ਨੇ ਉਹ ਪਰਚਾ ਇਹਦਾ ਕੈਂਸਲ ਕਰਾਇਆ। ਸਾਨੂੰ ਨਹੀਂ ਪਤਾ ਇਹਨਾਂ ਦਾ ਉਹ ਕੀ ਹੈ ਕੀ ਨਹੀਂ, ਠੀਕ ਹੈ ਜੀ। ਉਸ ਤੋਂ ਬਾਅਦ ਮੁਕੱਦਮਾ ਨੰਬਰ 74/22 ਥਾਣਾ ਸ਼ਹਿਣਾ, ਉਹ ਇਹਦੇ 'ਤੇ ਵੀ ਦਰਜ ਹੈ ਅਤੇ ਦੇਸ਼ ਭਗਤ 'ਤੇ ਵੀ ਦਰਜ ਹੈ, ਦੋਨਾਂ 'ਤੇ ਹੀ ਆ ਬਖਿਸਦਾਨੇ 'ਤੇ। ਕਿਹੜੀਆਂ ਗੱਲਾਂ ਤੁਸੀਂ ਸਰਦਾਰ ਜੀ ਕਰਦੇ ਹੋ, ਆਦਤਾਂ ਨਹੀਂ ਤੁਸੀਂ ਉਹ ਛੱਡੀਆਂ, ਪਰ ਇਹ ਵੀ ਉੱਥੋਂ ਲੋਕ ਦੱਬ ਜਾਂਦੇ ਆ। ਮੈਂ ਤੁਹਾਨੂੰ ਸਬੂਤ ਦੇਤੇ ਆ ਜੀ। ਹੁਣ ਮੈਂ ਸਰਦਾਰ ਬਲਕੌਰ ਸਿੰਘ ਵਾਲੀ ਗੱਲ ਭੁੱਲ ਚੁੱਕਿਆ ਸੀ, 5 ਦਿਨ ਹੋ ਗਏ ਆਪਾਂ ਵੀਡੀਓ ਨਹੀਂ ਸੀ ਪਾਈ। ਮੈਂ ਉਹਨਾਂ ਦੇ ਭਰਾ ਨਾਲ ਵੀ ਗੱਲ ਕੀਤੀ, ਮੈਂ ਕਿਹਾ ਬਾਈ ਜੀ ਕੋਈ ਗੱਲ ਨਹੀਂ, ਚਲੋ ਕੁਝ ਜਵਾਬ 'ਚ ਗੱਲਾਂ ਹੋ ਜਾਂਦੀਆਂ। ਉਹਨਾਂ ਨੇ ਸਾਨੂੰ ਚੈਨਲਾਂ 'ਤੇ ਚੈਲੰਜ ਕੀਤਾ ਵੀ ਆਹ ਜਿਹੜੇ 3-4 ਟਾਈਮ ਤੁਰੇ ਫਿਰਦੇ ਆ। ਮੈਂ ਬਾਈ ਤੈਨੂੰ ਹੁਣ ਵੀ ਚੈਨਲ ਚੈਲੰਜ ਆ, ਨੈਸ਼ਨਲ ਚੈਨਲ 'ਤੇ ਕਿਸੇ 'ਤੇ ਆ ਜਾਓ। ਇਹ ਵੀ ਆਪਦੇ PA ਸਾਹਿਬ ਨੂੰ ਵੀ ਨਾਲ ਲਿਆਇਆ ਜੇ, ਅਤੇ ਦੇਸ਼ ਭਗਤ ਵੀ ਨਾਲ ਆ ਜੇ। ਮੈਂ ਤੁਹਾਨੂੰ ਸਬੂਤਾਂ ਸਹਿਤ ਚੀਜ਼ਾਂ ਦੇਊਂਗਾ ਸਰ, ਤਿੰਨ ਇਹਨਾਂ ਸਾਰਿਆਂ ਨੂੰ। ਉਹ ਤਾਂ ਚਲੋ ਉਹਦਾ ਤਾਂ ਮੈਂ ਜਵਾਬ ਦੇਣਾ ਹੀ ਨਹੀਂ, ਮਤਲਬ ਨਹੀਂ ਸਮਝਦਾ ਉਹੋ ਜਿਹੇ ਬੰਦੇ ਦਾ। ਉਹ ਫੇਸਬੁੱਕ ਦੀ ਯੂਨੀਵਰਸਿਟੀ ਵਾਲਾ ਤੁਹਾਡਾ PA ਆ, ਕਿਉਂਕਿ ਉਹਨੇ ਉਹਦੀਆਂ ਬੇਤੁਕੇ ਸਵਾਲ ਆ, ਉਹਨਾਂ ਦੇ ਜਵਾਬ ਤਾਂ ਮੈਨੂੰ ਦੇਣੇ ਪੈਣਗੇ ਹੁਣ, ਜਿਹੜੇ ਉਹਨੇ ਮੇਰੇ 'ਤੇ ਕੀਤੇ ਆ। ਉਹਨੇ ਮੇਰੇ 'ਤੇ ਜੀ ਪਹਿਲਾ ਸਵਾਲ ਕੀਤਾ, 1984 ਦੇ ਵਿੱਚ ਸਾਡਾ ਦਰਬਾਰ ਸਾਹਿਬ ਢਾਇਆ, ਸਾਡੀ ਨਸਲ ਖੁਸ਼ੀ ਹੋਈ, ਇਹ ਬੰਦਾ ਉਦੋਂ ਕਿਉਂ ਨਹੀਂ ਬੋਲਿਆ? ਦਰਬਾਰ ਸਾਹਿਬ 'ਤੇ ਟੈਂਕ ਲੈ ਕੇ ਮੈਂ ਆਇਆ ਸੀ, ਕਿਹੜੇ ਟੈਂਕ ਦਾ ਮੈਂ ਡਰਾਈਵਰ ਸੀ, ਕਿਹੜੀ ਤੋਪ 'ਤੇ ਮੈਂ ਤੋਪਚੀ ਸੀ? ਤੂੰ ਸਾਬਤ ਕਰ, ਸਜ਼ਾ ਮੈਂ ਲਊਂਗਾ। ਮੈਂ 11 ਸਾਲਾਂ ਦਾ ਸੀ ਉਸ ਵੇਲੇ, ਜਿੰਨੀ ਤੇਰੀ ਤੈਨੂੰ ਦੁੱਖ ਆ ਉਨਾ ਹੀ ਮੈਨੂੰ ਦੁੱਖ ਆ। ਤਾਂ 12 ਸਾਲਾਂ ਦਾ ਹੋਊਗਾ, ਤਾਂ ਮੇਰਾ 72 ਦਾ ਡੇਟ ਆਫ ਬਰਥ। ਦੂਜਾ ਸਵਾਲ ਇਹਨੇ ਕੀਤਾ ਜੀ ਪਾਣੀਆਂ ਦਾ, ਕਹਿੰਦਾ ਜਿਹੜੇ ਅਸਲੀ ਪੁੱਤ ਹੁੰਦੇ ਆ ਉਹ ਪਾਣੀ ਦਾ ਤੌਂਕਾ ਨਹੀਂ ਬਾਹਰ ਜਾਣ ਦਿੰਦੇ, ਅਤੇ ਤੁਸੀਂ ਅਸਲੀ ਹੋਈਆਂ ਜਿਹੜੇ ਧਰਨੇ ਲਈ ਬੈਠੇ ਰੋਕ ਲਿਆ? ਨਾ ਤਾਂ ਇਹ ਨਹਿਰ ਮੇਰੇ ਦਾਦੇ ਨੇ ਕੱਢੀ ਹੈ, ਨਾ ਮੇਰੇ ਪਿਓ ਨੇ ਕੱਢੀ ਹੈ, ਜਿਹੜਾ ਤੂੰ ਮੈਨੂੰ ਲਾਂਭਾ ਦੇ ਰਿਹਾ। ਤੂੰ ਤੁਰ ਅੱਗੇ ਕਹੀ ਲੈ ਕੇ ਅਤੇ ਮੈਂ ਤੇਰੇ ਨਾਲ ਨਾ ਖੜਾ, ਫਿਰ ਗੱਲ ਕਰੀ। ਉਹ ਆਗੂ ਰਾਜ ਸਿੰਘ ਖਾਲਸਾ ਜਿਹਦੀ ਮੈਂ ਗੱਲ ਕਰਦਾ, ਇਹ ਚਮਚੇ ਹੁੰਦੇ ਆ ਨਾ, ਪਹਿਲਾਂ ਇਹ ਦੀਪ ਸਿੱਧੂ ਦਾ ਚਮਚਾ ਸੀ, ਕੌਲੀ ਜੱਟ ਕਹਿ ਦਿੰਦੇ ਸੀ ਇਹਨਾਂ ਲੋਕਾਂ ਨੂੰ, ਫਿਰ ਇਹ ਸਿੱਧੂ ਮੂਸੇਵਾਲੇ ਦਾ ਹੋ ਗਿਆ, ਅਤੇ ਆਹ ਜਿਹੜੀ ਟੀਮ ਹੈ ਆ ਗੁੰਡੇ ਦੇਸ਼ ਭਗਤਾਂ ਵਾਲੀ, ਇਹ ਦੀਪ ਸਿੱਧੂ ਨੂੰ ਅਤੇ ਮੂਸੇਵਾਲੇ ਨੂੰ ਗਾਣਾ ਕੱਢਦੇ ਸੀ ਪਹਿਲਾਂ, ਅਤੇ ਉਹਨੇ ਇੱਕ ਗਾਣਾ ਵੀ ਇਹਨਾਂ 'ਤੇ ਲਿਖਿਆ 295, ਅਤੇ ਮੈਂ ਤਾਂ ਕਹਿੰਦਾ ਬਲਕੌਰ ਸਿੰਘ ਤੈਨੂੰ ਫਿਰ ਵੀ ਕੋਈ ਨਹੀਂ ਯਾਰ ਆਈ, ਵੀ ਤੇਰੇ ਬੇਟੇ ਦਾ ਜਲੂਸ ਕੱਢਦੇ ਰਹੇ, ਅਤੇ ਮਰਨ ਤੋਂ ਬਾਅਦ ਇਹ ਝੂਠਾਂ ਕਹਿੰਦੀਆਂ ਉਹ ਸਾਡੇ ਸੀ, ਆਹ ਇਹਨਾਂ ਦਾ ਕਿਰਦਾਰ। ਮੇਰੀ ਇੱਕ ਵੀ ਕਿਤੇ ਵੀਡੀਓ ਦੀਪ ਸਿੱਧੂ ਦੇ ਖਿਲਾਫ਼ ਦਿਖਾ ਦਿਓ, ਇੱਕ ਵੀ ਕਿਤੇ ਸਿੱਧੂ ਮੂਸੇਵਾਲੇ ਦੇ ਖਿਲਾਫ਼ ਦਿਖਾ ਦਿਓ, ਪਰ ਹੁਣ ਤੁਸੀਂ ਮੈਨੂੰ ਛੇੜ ਲਿਆ, ਮੈਨੂੰ ਹੁਣ ਜਵਾਬ ਤਾਂ ਦੇਣੇ ਪਏ। ਤੀਜਾ ਸਵਾਲ ਇਹ ਮੇਰੇ 'ਤੇ ਕਰਦਾ ਜੀ, ਆਪਦੇ ਬੱਚੇ ਬਾਹਰ ਸੈੱਟ ਕਰਕੇ ਅਤੇ ਹੁਣ ਹੇਜ ਜਾ ਗਿਆ ਪੰਜਾਬ ਦਾ, ਸੰਤ ਪਿੰਡਰਾਲਾ ਦਾ ਮੁੰਡਾ ਵੀ ਬਾਹਰ ਆ, ਭਾਈ ਅਮਰੀਕ ਸਿੰਘ ਦਾ ਮੁੰਡਾ ਵੀ ਬਾਹਰ ਆ, ਬੱਸਣ ਸਿੰਘ ਜੱਫਰਵਾਲ ਦੇ ਵੀ ਬਾਹਰ ਆ, ਆਹ ਜਿਹੜੇ ਹੋਰ ਪਹਿਲਾਂ ਜਰਨੈਲ ਸੀ ਵੱਡੇ ਵੱਡੇ, ਉਹ ਟਾਊਟ ਬਣ ਕੇ ਅਤੇ ਉਹ ਬਾਹਰ ਬੈਠੇ ਆ, ਕੁਛ ਪਿੰਕੀ ਨੇ ਵੀ ਨਸ਼ਰ ਕੀਤੇ ਆ, ਮੈਂ ਵੀ ਕਰ ਦੂੰਗਾ ਅਗਲੇ ਆਉਣ ਵਾਲੇ ਦਿਨਾਂ 'ਚ। ਇਹ ਤਾਂ ਤੁਹਾਨੂੰ ਵੱਡਿਆਂ ਦੇ ਦੱਸੇ ਆ, ਅਤੇ ਜਿਹੜੇ ਆਮ ਘਰਾਂ 'ਚੋਂ ਤੁਹਾਡੇ ਵਰਗੇ ਨੇ ਮਗਰ ਲਾਏ ਜਵਾਕ, ਉਹਨਾਂ ਦੇ ਚੁੱਲ੍ਹਿਆਂ 'ਚ ਘਾਹ ਉੱਗੇ ਅੱਜ ਵੀ, ਉਹਨਾਂ ਦੀਆਂ ਮਾਵਾਂ ਭੈਣਾਂ 'ਚ ਆਉਂਦੀਆਂ ਕਵਲੀਆਂ ਹੋਈਆਂ ਫਿਰਦੀਆਂ। ਤੂੰ ਪਹਿਲਾਂ ਜੇ ਤੂੰ ਐਡਾ ਹੈਗਾ ਨਾ ਆਪਦਾ ਦਬਦਬਾ ਰੱਖਦਾ ਇਹ ਪੰਥਕ ਠੇਕੇਦਾਰੀ 'ਚ, ਉਹਨਾਂ ਨੂੰ ਮੰਗਾ ਅਤੇ ਮੈਂ ਵੀ ਆਪਦਾ ਮੰਗਾ ਲੂੰਗਾ। ਨੰਬਰ ਆ ਜਾਓ ਜੀ 4। ਉਦੋਂ ਜੀ ਸਾਡਾ ਅੰਮ੍ਰਿਤ ਸਿੰਘ ਪਾਲ ਸਿੰਘ ਖਾਲਸਾ ਜਿੱਦੇ ਉੱਥੇ ਪਜਨਾਲੇ ਆ ਹੋਇਆ ਜੀ, ਉਦੋਂ ਹੀ ਨਹੀਂ ਬੋਲਿਆ, ਅਤੇ ਤੂੰ ਜਿਹੜਾ ਬੋਲਿਆ ਉੱਥੇ ਮੋਹਾਲੀ ਹੈ ਧਰਨੇ ਤੋਂ ਬੋਲਦਾ ਸੀ, ਮੈਂ ਵੀਡੀਓ ਹੁਣ ਮੈਨੂੰ ਭੇਜ ਦਿੰਦੇ ਲੋਕ ਇਹੋ ਜਿਹੀਆਂ,
ਇਹ ਗੱਡੀ 'ਚ ਬੈਠਾ ਹੀ ਕਰੀ ਗਏ ਪਹੁੰਚੋ ਚੱਲੋ ਉੱਥੋਂ ਸੌ ਗਜ਼ 'ਤੇ ਸੁਹਾਣੇ ਗੁਰਦੁਆਰੇ ਦੇ ਸਾਹਮਣੇ ਧਰਨਾ ਲਾਇਆ ਸੀ ਕਿ ਵੱਡਾ ਅੰਮ੍ਰਿਤਪਾਲ ਦਾ ਹਮਦਰਦੀ ਉਹ ਧਰਨੇ 'ਤੇ ਤੂੰ ਪਹੁੰਚਿਆ ਨਹੀਂ ਬੁਜ਼ਦਿਲ ਲੋਕ ਹੋ ਯਾਰ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਤੇਰੀ ਗੱਡੀ 'ਚੋਂ ਬਾਹਰ ਨਿਕਲੇ ਦੀ ਵੀਡੀਓ ਹੈਗੀ ਆ ਤੇਰੀ ਕੋਈ ਉੱਥੇ ਹੈਗੀ ਆ ਜੱਲੂਪੁਰ ਦੀ ਜਾਂ ਉੱਥੇ ਅਜਨਾਲੇ ਦੀ ਉਹਨੇ ਜੀ ਸਾਡਾ ਨਸ਼ਾ ਛਡਾਇਆ ਨੌਜਵਾਨਾਂ ਦਾ ਦੇਹ ਲਿਸਟ ਉਹਨੇ ਕਿੰਨਿਆਂ ਦਾ ਛਡਾਇਆ ਲਿਸਟ ਲਿਆ ਮੇਰੇ ਕੋਲ ਫਿਰ ਦੱਸੂ ਤੈਨੂੰ ਮੈਂ ਅਸੀਂ ਵੀਰੋ ਇਹਦੇ ਨਾਲ ਮੁੰਡਾ ਛਤਰਾਣਾ ਸਿੰਘ ਹੁੰਦਾ ਸੀ ਅੰਮ੍ਰਿਤਪਾਲ ਨਾਲ ਮੈਂ ਉਹਨੂੰ ਚਾਰ ਪੰਜ ਫੋਨ ਕਰਕੇ ਕਿਹਾ ਬਾਈ ਬੇਨਤੀ ਆ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਆਪਾਂ ਨੂੰ ਇਹ ਹੈ ਕਿ ਇਹ ਬੰਦਾ ਜ਼ਰੂਰੀ ਨਹੀਂ ਚੌਵੀ ਤਰੀਕ ਨੂੰ ਚਲਾਣ ਪੇਸ਼ ਹੋਣਾ ਤੁਸੀਂ ਪੋਸਟ ਬੋਰਡ ਕਰ ਲਓ ਦੋ ਚਾਰ ਦਿਨ ਮੁੜ ਕੇ ਤੁਹਾਡੇ ਨਾਲ ਅਸੀਂ ਚਲੇ ਜਾਵਾਂਗੇ ਆਪਾਂ ਮਿਲਾਂਗੇ ਅਫਸਰਾਂ ਨੂੰ ਕੋਈ ਏਡੀ ਵੱਡੀ ਗੱਲ ਨਹੀਂ ਤੁਸੀਂ ਸੈਣੀ ਨੂੰ ਬੁੱਚੜ ਕਹਿੰਦੇ ਹੋ ਵੀ ਉਹਨੇ ਮੁਲਤਾਨੀ ਦੇ ਪਿੱਛੇ ਡੰਡਾ ਦਿੱਤਾ ਆ ਤੇਰੇ ਅੰਮ੍ਰਿਤਪਾਲ ਨੇ ਮੁੰਡੇ ਵਰਿੰਦਰ ਦੇ ਡੰਡਾ ਦਿੱਤਾ ਪਿੱਛੇ ਕਹਿ ਬੁੱਚੜ ਉਹਨੂੰ ਜੇ ਜ਼ੁਰਤ ਤੇਰੀ ਇਹ ਡਰਾਮਾ ਉਹਨੇ ਇਸ ਕਰਕੇ ਖੇਡਿਆ ਕਿਉਂਕਿ ਸਰਦਾਰ ਸਤਿੰਦਰ ਸਿੰਘ ਜਿਹੜੇ ਦਿਹਾਤੀ ਐਸ ਐਸ ਪੀ ਆ ਉਹ ਸੈੱਟ ਦੇ ਮੈਂਬਰ ਆ ਕੋਟਕਪੂਰੇ ਵਾਲੀ ਉਹਨਾਂ ਨੂੰ ਉੱਥੇ ਹਾਜ਼ਰ ਹੋਣਾ ਜ਼ਰੂਰੀ ਸੀ 24 ਤਰੀਕ ਨੂੰ ਅਤੇ ਜੇ ਹੁਣ ਉੱਥੇ ਉੱਧਰ ਕੋਈ ਬਹਿਬਲ ਵਾਲੇ ਪੁਲਿਸ ਅਫਸਰ ਹੁੰਦੇ ਫਿਰ ਕੀ ਬਣਦਾ ਅਜਨਾਲੇ ਉਹ ਤਰਨ ਦਾ ਵਾਸਾ ਵਰਗੇ ਸੀਗੇ ਉਹਨਾਂ ਨੇ ਪੱਗਾਂ ਸਿਰ ਪੜਵਾਲੇ ਉੱਥੇ ਮੁਲਾਜ਼ਮਾਂ ਦੇ ਤੁਹਾਨੂੰ ਮੁਲਾਜ਼ਮਾਂ ਦਾ ਅੰਮ੍ਰਿਤ ਛਕਿਆ ਨਹੀਂ ਦਿਸਿਆ ਤੁਹਾਨੂੰ ਮੁਲਾਜ਼ਮਾਂ ਦੀਆਂ ਦਾੜੀਆਂ ਬੰਨੀਆਂ ਨਹੀਂ ਦਿਸੀਆਂ ਗੁਰਸਿੱਖੀ ਨਹੀਂ ਦਿਸੀ ਤੁਹਾਨੂੰ ਕਿਉਂਕਿ ਥੋੜ੍ਹੀ ਨਫ਼ਰਤ ਤੁਹਾਡੇ 'ਚ ਭਰੀ ਤੁਹਾਨੂੰ ਪੁਲਿਸ ਹੀ ਦਿਸੀ ਤੁਸੀਂ ਪੁਲਿਸ ਦੇ ਰੂਪ 'ਚ ਹੀ ਦੇਖੀ ਪਰ ਫਿਰ ਵੀ ਉਹਨਾਂ ਨੇ ਸੰਜਮ ਵਰਤਿਆ ਹੁਣ ਡੀ ਐਸ ਪੀ ਸਾਹਿਬ ਦੀ ਪੱਗ ਲੱਥੀ ਤੁਹਾਨੂੰ ਦਿਸੀ ਇੱਕ ਮਾਤਾ 'ਤੇ ਉਹਨੇ ਹੱਥ ਚੱਕਿਆ ਉਹਦੀ ਮੈਂ ਵੀ ਨਿੰਦਿਆ ਕਰਦਾ ਨਿਖੇਧੀ ਕਰਦਾ ਉਹਦੀ ਇਨਕੁਆਇਰੀ ਚੱਲ ਪਈ ਹੈ ਲਾਈਨ ਹਾਜ਼ਰੂ ਕਰ ਦਿੱਤਾ ਠੀਕ ਹੈ ਇਨਕੁਆਇਰੀ ਅਫਸਰ ਨੇ ਹਰ ਇੱਕ ਪੱਖ ਤੋਂ ਦੇਖਣਾ ਉਹ ਤਾਂ ਡੀ ਐਸ ਪੀ ਸਾਹਿਬ ਜੇ ਨੌਜਵਾਨ ਮੁੰਡਾ ਖੁੰਡਾ ਉਹਦੀ ਪੱਗ ਲੱਥੀ ਤੁਹਾਨੂੰ ਨਹੀਂ ਦਿਸੀ ਗੁਰਿੰਦਰਵੀਰ ਸਿੰਘ ਦੀ ਉਹਦਾ ਸਿਰ ਪਾਟਿਆ ਤੁਹਾਨੂੰ ਨਹੀਂ ਦਿਸਿਆ ਠੀਕ ਹੈ ਮੈਂ ਤਾਂ ਉਹਨਾਂ ਨਾਲ ਖੜੂੰਗਾ ਹਾਂ ਉਹਦੇ ਨਾਲ ਨਹੀਂ ਖੜਦਾ ਜਿਹਨੇ ਲੱਪੜ ਮਾਰੇ ਗੁਰਿੰਦਰਵੀਰ ਸਿੰਘ ਹੋਣਾ ਨਾ ਖੜਾਂਗੇ ਠੀਕ ਹੈ ਜੀ ਹੁਣ ਉਦੋਂ ਅੱਗੇ ਆ ਜਾਓ ਜੱਲੂਪੁਰ ਖੇੜੇ ਦੀ ਇੱਕ ਮੁੰਡੇ ਦੀ ਇੰਟਰਵਿਊ ਆਈ ਆ ਜਿੱਥੇ ਤੁਹਾਡਾ ਨਸ਼ਾ ਛਡਾਊ ਸੈਂਟਰ ਸੀ ਉਹਦਾ ਉੱਥੇ ਜੱਲੂਪੁਰ ਖੇੜੇ ਦੇ ਬੰਦੇ ਨਸ਼ਾ ਦੇ ਕੇ ਜਾ ਰਹੇ ਆ ਅਸੀਂ ਆਪਣੇ ਪਿੰਡ 'ਚੋਂ ਸਾਫ਼ ਕੀਤਾ ਅਤੇ ਮੇਰੇ ਨਾਲ ਬੈਠ ਤੈਨੂੰ ਜੱਲੂਪੁਰ ਖੇੜੇ 'ਚ ਵਿਕਦਾ ਵਿਖਾਉਣਾ ਅਤੇ ਜੀ ਤੂੰ ਉਹਨੇ ਮਰਸਡੀਜ਼ ਗੱਡੀ ਲਈ ਉਹ ਕੌਣ ਹੈ ਗੱਡੀ ਦੇਣ ਵਾਲੇ ਦੇ ਭਰਾ ਦੇ ਗੋਲੀ ਕਿਵੇਂ ਵੱਜੀ ਹੈ ਉਹ ਤੁਹਾਨੂੰ ਦੱਸ ਦੂੰਗਾ ਮੈਂ ਅਗਲੇ ਦਿਨਾਂ 'ਚ ਜਿਹੜੀ ਬਠਿੰਡੇ ਤੋਂ ਗੱਡੀ ਦਿੱਤੀ ਸੀ ਉਹਦਾ ਵੀ ਦੱਸ ਦੂੰਗਾ ਬੇਫਿਕਰ ਰਹੋ ਤੂੰ ਪਹਿਲਾਂ ਮੈਨੂੰ ਇਹ ਦੱਸ ਵੀ ਤੂੰ ਜਥੇਦਾਰ ਹਵਾਰਾ ਨੂੰ ਮੰਨਦਾ ਜਾਂ ਹਰਪ੍ਰੀਤ ਸਿੰਘ ਨੂੰ ਮੰਨਦਾ ਅਤੇ ਤੇਰਾ ਮੈਂ ਹੁਣ ਤੇਰਾ ਹੀ ਕਹੂੰਗਾ ਕਿਉਂਕਿ ਤੂੰ ਕਹੇ ਸਾਡਾ ਉਹ ਗੇੜੇ ਖਾ ਕੇ ਡਿੱਗਿਆ ਕਿਹਦੇ ਪੈਰਾਂ 'ਚ ਅਤੇ ਉਹ ਕੌਣ ਨੇ ਕਿੰਨੀਆਂ ਕਿਤਾਬਾਂ 'ਚ ਉਹਨਾਂ 'ਤੇ ਜੋ ਕੁਛ ਹੈ ਕਦੇ ਜਵਾਬ ਦਿੱਤਾ ਉਹਨਾਂ ਲੋਕਾਂ ਨੇ ਉੱਥੋਂ ਗੱਲਾਂ ਸੁਣੀਆਂ ਨਹੀਂ ਜਾਣਗੀਆਂ ਹੁਣ ਮੇਰੀ ਤੁਹਾਨੂੰ ਤਿੰਨਾਂ ਨੂੰ ਅਪੀਲ ਹੈ ਸੋਮਵਾਰ ਤੱਕ ਜਿਹੜੇ ਮਰਜ਼ੀ ਨੈਸ਼ਨਲ ਚੈਨਲ 'ਤੇ ਆ ਜਾਓ ਮੈਂ ਬਾਈ ਬਲਕੌਰ ਸਿੰਘ ਹੁਣ ਤੱਕ ਤੇਰੇ ਨਾਲ ਖੜੇ ਸੀ ਹੁਣ ਤੈਨੂੰ ਮੈਂ ਦੱਸ ਦੂੰਗਾ ਵੀ ਤੇਰਾ ਮੁੰਡਾ ਗੈਂਗਵਾਰ 'ਚ ਮਰਿਆ ਸਬੂਤ ਦੇਊਂਗਾ ਤੈਨੂੰ ਇਕੱਲਾ ਇਕੱਲਾ ਕਿੱਥੋਂ ਸ਼ੁਰੂ ਹੋਈ ਕਹਾਣੀ ਉਹਦਾ ਹਿੰਟ ਤੈਨੂੰ ਮੈਂ ਦੇ ਦਿੰਦਾ ਸਾਡਾ ਇੱਕ ਟਰੈਪ ਦਵਿੰਦਰ ਬਬੀਹੇ 'ਤੇ ਲੱਗਾ ਸੀ ਜਗਰਾਓਂ ਜ਼ਿਲ੍ਹੇ ਦਾ ਇੱਕ ਪਿੰਡ ਹੈ ਦਿਹਾਤੀ ਲੁਧਿਆਣਾ ਅਤੇ ਸਾਡੀ ਮੋਗੇ ਦੀ ਪੁਲਿਸ ਉੱਥੋਂ ਸੁਰਖੀ ਬਿੰਦੀ ਲਾ ਕੇ ਜਿਹੜਾ ਕਲਾਕਾਰ ਕੱਢ ਕੇ ਲਿਆ ਹੁਣ ਉਹਦਾ ਵੀ ਕਰਾਵਾਂਗੇ ਉਹਦੀ ਵੀ ਜਾਂਚ ਕਰਾਵਾਂਗੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਅਤੇ ਹੁਣ ਜਿਹੜਾ ਹੁਣ ਛੱਡੂਗਾ ਪੰਜਾਬ ਭੱਜੂਗਾ ਬਾਹਰ ਉਹ ਸਮਝ ਲਓ ਵੀ ਉਹੀ ਹੈ ਉਹ ਕਲਾਕਾਰ ਫਿਰ ਕੈਨੇਡਾ ਕਿਹਦੇ ਕੋਲ ਗਿਆ ਉੱਥੇ ਕੀ ਕਮਿਟਮੈਂਟ ਹੋਈ ਉਸ ਤੋਂ ਬਾਅਦ ਰਵੀ ਖਵਾਜਕੇ ਦਾ ਕਤਲ ਗੁਰਲਾਲ ਭਲਵਾਨ ਦਾ ਕਤਲ ਵਿੱਕੀ ਮਿੱਡੂ ਖੇੜੇ ਦਾ ਕਤਲ ਇੱਕ ਕਤਲ ਹੋਰ ਇੱਕ ਬਠਿੰਡੇ ਦਾ ਕਤਲ ਹੋਰ ਸ਼ਗਨਪ੍ਰੀਤ ਨੂੰ ਲਿਆ ਉਹਦੀ ਗਰੰਟੀ ਅਸੀਂ ਰਿਟਾਇਰਡ ਪੁਲਿਸ ਅਫਸਰ ਚੱਕਾਂਗੇ ਅਸੀਂ ਮਰ ਜਾਵਾਂਗੇ ਉਹਨੂੰ ਕੁਛ ਨਹੀਂ ਹੋਣ ਦਿੰਦੇ ਵੀ ਅੱਧੇ ਘੰਟੇ 'ਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੁੰਦਾ ਦੇਖੀ ਫਿਰ ਪਤਾ ਲੱਗੂ ਵੀ ਕੌਣ ਕਿੱਥੇ ਖੜਾ ਸੀ ਜਿੱਥੇ ਤੇਰਾ ਮੁੰਡਾ ਬੈਠਦਾ ਸੀ ਉਸੇ ਕੋਠੀ 'ਚ ਮੈਂ ਬੈਠਦਾ ਸੀ ਚੰਡੀਗੜ੍ਹ ਮੈਂ ਕਹਿਣਾ ਨਹੀਂ ਸੀ ਚਾਹੁੰਦਾ ਤੂੰ ਸਾਨੂੰ ਮਜਬੂਰ ਕਰਤਾ ਇਹ ਗੱਲ 'ਤੇ ਤੈਨੂੰ ਫਰੀਦਕੋਟ ਦੇ ਜਿਹੜੇ ਉਹ 7 ਅਤੇ 9 ਸਾਲ ਦੇ ਜਵਾਕ ਬੱਚੇ ਉਹ ਜਿਹੜੇ ਪਿਓ ਨੇ ਮਾਰੇ ਆ ਅਤੇ ਉਹ ਪਿਓ ਮਰਿਆ ਤੈਨੂੰ ਉਹਨਾਂ ਦੀਆਂ ਹੱਡੀਆਂ ਜਿਹੜੀਆਂ ਵੇਚੀਆਂ ਅਤੇ ਉਹਦੇ 'ਚ ਤੇਰੇ ਮੁੰਡੇ ਦਾ ਕੀ ਯੋਗਦਾਨ ਸੀ ਸਬੂਤਾਂ ਸਹਿਤ ਦਿਉਂਗੇ ਸੁਣਨ ਵਾਲਾ ਬਣੀ ਅਤੇ ਹੁਣ ਆ ਜੀ ਚੈਨਲ 'ਤੇ ਸੋਮਵਾਰ ਤੱਕ ਤੈਨੂੰ ਚੈਨਲ ਚੈਲੰਜ ਆ ਤਿੰਨਾਂ ਨੂੰ ਤੁਹਾਨੂੰ
ठीक है इना कुछ कहता खिमां जा चुके सबूत दूंगा उदू अगे चमकीले का कतल क्योंकि अमरजोत का घर जिथे मेरा फरीदकोट मैं रहा सी मेरे तो तीजा घर है जिदन वह मारी है तो कहते ना सिख किसी औरत ते हाथ नहीं चकता दुश्मन दिया भी घरे छ के आनी है जिस दिन इन्होंने मारी है उस दिन वह वड्डा मुंडा जो दीपू आ जरा जैमन चमकीला जी कहते हो तो दीपू है सानू पता वो नाने नानी ने बच्चा किवें पालिया जिदे अमरजोत मरती है दूजा बच्चा शायद वह मेरे ख्याल साढ़े तीन महीने का सी दीपू तो छोटा जिहड़ा सी वह बच्चा अमरजोत का दुध माँ का दुध ते लगा सी उन्हूं होर दुध फिट नहीं आया वह बच्चा किवें विलक विलक के मरिया वह भी तुहानूं मैं दसूं क्योंकि अमरजोत का भरा मेरे नाल ड्यूटी की है साडे महकमे सी सरदार बलबीर सिंह इंस्पैक्टर रिटायर हुए ने बूटा गप्पी चमकीले का साडू साढ़े चंगे लिंक रहे परिवारक लिंक रहे क्योंकि गुआढ़ी सी साडे डलेवाल डलेवाल लव सिंदर मैं तेरे गल नहीं करनी ठीक है तुम वह लोग हो तो उटपुणा करके तो भज के जाके इंग्लैंड उत्थे बह गए हैं इतने आके लड़ो ना लड़ाई जी लड़नी तो सच बोल खा महाराज की हजूरी च बह के दस दीपा कितने मरिया हिराला तेन मैं दसू जनरल लाभ सिंह थोड़ा खड्डे पिंड की बुढ़ी नाल की संबंध से तुम वह दसूँ बीबी जवाहर कौर का सुखदेव सिंह बब्बर ने की संबंध से पहली औरत दे हुंदे होए पहले बच्चों के हुंदे होए सुनने वाले बने हो तो तुम मैनू वो तो वह शेयर करो वो तो वह कमेंटा दे जिवें तुसी पहला साथ दिता फिर हौसला वधदा तो मैं थोनू पहला क्या मैं थोनू सबूत दते होर भी दिंदा रहूंगा तो मेरिया नशे दे जिहड़ियां इंटरव्यू है सतपाल सिंह गिल एक्स एस एच ओ यूट्यूब ते कढ़ लिओ वो पईआं किवें इन्हां लोकां ने साडे ते डेफामेशन पाईआं वो असीं झल रहे हैं क्योंकि जदों साथ कोई नहीं दिंदा क्योंकि गुरदेव सिंह जथेदार गुरदेव सिंह कौके की गल की मैं फरीदकोट सी मैं सहबन उत्थे गया जिहड़ा मुंडा उस वेले संतरी सी वह दर्शन सिंह हटूर जथेदार का परिवार उहदे नाल कमिटमेंट करके गया सी तेरियां भैणां दे वी विआह करांगे ठीक है उस तों बाद 95 दे विच डिसमिस कर दिता और रलदा फिरदा किसी पंथक जथेबंदी ने किसी बंद ने उस बंद की सार लई हो दस्यो वीरो इसे करके फिर जी नहीं करते यह कमां ठीक है मैं 48 साल की उम्र से रिटायरमेंट ली है लोग 58 हाँ 27 साल नौकरी करके आपकी पेनशन ली आदा हक लिया वो जो कुछ किया मान साहब नूं सत्थे हत्थे मेरा ना आ गया वह भी जो उन्होंने तुहाडा साथ नहीं दिता क्योंकि गाला कढ़न वालों का गंद बकन वालों का साथ देणगे भी नहीं तुसीं चंडीगढ़ मोर्चे च फोन किए मोहाली जिथे मेरा ना आ गया तुहाडा उत्थे भी किसी ने साथ नहीं दिता जिथे तुसीं होर धार्मिक शख्सियतां नूं फोन किए जिथे मेरा ना आ गया यह मेरा किरदार वो जानते हैं मैं की किया तो तो सर्टिफिकेट नहीं मिलने हाँ तैनू मैं वीडियो अपील की ठीक है गुनाह होने होर गल हुंदियां गलतियां होनियां तू उदन भी उन्हूं कह सकता सी भी भाई सारी पुलिस ने तेरा कुछ नहीं बिगाड़िया ठीक है वह दो लफ्ज कह दिंदा ना ये गल्लां वधदियां ना असी ये हरकत चाहते ना कुछ होर हुंदा क्योंकि तू आ फिर ड्रामे खेडने सी जिहड़े हुण तू खेड रहे क्योंकि तुहानूं आदत पई हुई है हर मुद्दे च डंग फसाउणी हर काम च हुण उह भईआं वाला मुद्दा चक्किआ हुण ला के छड्डी फिर किसे सिरे नूं जिद्दे अगले बाहरलियां स्टेटां च पंजाबीआं दीआं पग्गां लाउण लग गए उधर फिर तुहानूं पता लगूगा ठीक है तुहाडे वर्गी देश भगती सानूं चाहीदी नहीं ते तैथों मैं सर्टिफिकेट नहीं लैणा इन्ना कुछ कहिंदा खिमां दा जा चुक्कां ते चैनल ते तुहानूं चैलेंज है किसी नैशनल चैनल पर आयो जो हम लत्त भार चल दी सबूतों शायद सारा कुछ दूँ क्योंकि एक पुलिस अफसर है झूठ नहीं बोलूंगा वाहगुरु जी का खालसा वाहगुरु जी की फतेह।